ਇਟਲੀ ਵਿੱਚ ਜੀ7 ਲੀਡਰਾਂ ਦੇ ਇੱਕ ਨਵੇਂ ਸਮਝੌਤੇ ਦੇ ਤਹਿਤ ਯੂਕਰੇਨ ਦੀ ਰੂਸ ਦੇ ਖਿਲਾਫ ਲੜਾਈ ਦੇ ਵਿੱਚ ਮਦਦ ਲਈ ਕੈਨੇਡਾ ਇੱਕ ਨਵੀਂ ਯੋਜਨਾ ਦੇ ਵਿੱਚ ਡਾਲਰ 5 ਬਿਲੀਅਨ ਦਾ ਯੋਗਦਾਨ ਦੇਵੇਗਾ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਵਿਸ਼ਵ ਦੀਆਂ 7 ਉन्नत ਅਰਥਵਿਵਸਥਾਵਾਂ ਦੇ ਹੋਰ ਲੀਡਰ ਰਾਸ਼ਟਰਪਤੀ ਵਿਲਾਦੀਮਿਰ ਜ਼ਲਨਸਕੀ ਦੀ ਮਦਦ ਲਈ ਜ਼ਬਤ ਕੀਤੀਆਂ ਰੂਸੀ ਸੰਪਤੀਆਂ ਦੀ ਵਰਤੋਂ ਕਰਨ ਲਈ ਇੱਕ ਨਵੇਂ ਸਮਝੌਤੇ ਨੂੰ ਅੰਤਮ ਰੂਪ ਦੇ ਰਹੇ ਨੇ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਕੈਨੇਡਾ ਦਾ ਨਵਾਂ ਵਿੱਤੀ योगदान उस समझौते ਦਾ ਹਿੱਸਾ ਹੈ ਅਮਰੀਕਾ ਨੇ ਕੈਨੇਡਾ ਦੇ ਸਮਰਥਨ ਦੇ ਨਾਲ ਰੂਸ ਦੀਆਂ ਕਰੀਬ 200 ਬਿਲੀਅਨ ਯੂਰੋ ਦੀਆਂ ਜ਼ਬਤ ਕੀਤੀਆਂ ਗਈਆਂ ਸੰਪਤੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਯੂਰਪ ਦੇ ਵਿੱਚ ਨੇ ਦੇ ਵਿਆਜ ਦੀ ਵਰਤੋਂ ਕਰਕੇ 50 ਬਿਲੀਅਨ ਅਮਰੀਕੀ ਡਾਲਰ ਦਾ ਬੈਂਕ ਜਿਹੜਾ ਉਹ ਲੋਨ ਪ੍ਰਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ ਸਭ ਤੋਂ ਪਹਿਲਾਂ ਫਰਵਰੀ ਦੇ ਵਿੱਚ ਟਰੂਡੋ ਨੇ ਜ਼ਬਤ ਕੀਤੀ ਰੂਸੀ ਕੇਂਦਰੀ ਬੈਂਕ ਦੀ ਸੰਪਤੀ ਨੂੰ ਵਰਤਨ ਦਾ ਸੁਝਾਅ ਦਿੱਤਾ ਸੀ ਪਿਛਲੇ ਮਹੀਨੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਟਲੀ ਦੇ ਵਿੱਚ ਜੀ7 ਵਿਧਮੰਤਰੀਆਂ ਨੂੰ ਯੂਕਰੇਨ ਦੀ ਰਿਕਵਰੀ ਲਈ ਪੁਗਤਾਨ ਕਰਨ ਦੇ ਵਿੱਚ ਮਦਦ ਕਰਨ ਲਈ ਇਹਨਾਂ ਸੰਪਤੀਆਂ ਦੀ ਵਰਤੋਂ ਕਰਨ ਦੇ ਲਈ ਉਤਸ਼ਾਹਿਤ ਕੀਤਾ ਆਰਸੀਐਮਪੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਫਰਵਰੀ 2022 ਤੋਂ ਕੈਨੇਡਾ ਦੇ ਵਿੱਚ ਡਾਲਰ 140 ਮਿਲੀਅਨ ਦੀਆਂ ਰੂਸੀ ਸੰਪਤੀਆਂ ਨੂੰ ਜ਼ਬਤ ਕਰ ਚੁੱਕੇ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਹੈ ਕਿ ਉਸਨੇ ਇੱਕ ਰੂਸੀ ਜਹਾਜ਼ ਅਤੇ ਇੱਕ ਰੂਸੀ ਕੋਲਿੰਨ ਦੇ ਨਾਲ ਜੁੜੀ ਕੰਪਨੀ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ ਹਾਲ ਹੀ ਦੇ ਫੈਡਰਲ ਬਜਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਆਪਣੇ ਸਹਿਯੋਗੀਆਂ ਦੇ ਨਾਲ ਇਹਨਾਂ ਸੰਪਤੀਆਂ ਦੀ ਪੂਰੀ ਵਰਤੋਂ ਕਰਨ ਦੇ ਲਈ ਸੰਭਾਵਿਤ ਕਾਨੂੰਨੀ ਵਿਧੀਆਂ ਤਲਾਸ਼ਣ ਦੇ ਲਈ ਵਚਨਬੱਧ ਹੈ ਅਮਰੀਕਾ ਤੋਂ ਹਥਿਆਰਾਂ ਦੀ ਸਪੁਰਦਗੀ ਦੇ ਵਿੱਚ ਲੰਮੀ ਦੇਰੀ ਤੋਂ ਬਾਅਦ ਯੂਕਰੇਨ ਨੂੰ ਹੋਰ ਹਥਿਆਰਾਂ ਗੋਲਾ ਬਾਰੂਦ ਤੇ ਸਿਖਲਾਈ ਦੀ ਜਿਹੜੀ ਹੈ ਉਹ ਸਖਤ ਜ਼ਰੂਰਤ ਹੈ ਯੂਐਸ ਕਾਂਗਰਸ ਨੇ ਪਿਛਲੇ ਮਹੀਨੇ ਯੂਕਰੇਨ ਦੇ ਲਈ 61 ਬਿਲੀਅਨ ਡਾਲਰ ਦੇ ਅਮਰੀਕੀ ਫੌਜੀ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ ਰਿਪਬਲਿਕਨ ਪਾਰਟੀ ਦੇ ਅੰਦਰ ਰਾਜਨੀਤਿਕ ਟਕਰਾਅ ਦੇ ਬਾਅਦ ਇਹ ਪੈਕੇਜ 6 ਮਹੀਨਿਆਂ ਦੇ ਲਈ ਡਿਲੇ ਹੋ ਗਿਆ ਸੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਬਲਜੀਅਮ ਦੇ ਵਿੱਚ ਯੂਕਰੇਨ ਰੱਖਿਆ ਸੰਪਰਕ ਸਮੂਹ ਦੇ ਨਾਲ ਮੁਲਾਕਾਤ ਕੀਤੀ ਤੇ ਰਾਇਲ ਕੈਨੇਡੀਅਨ 에ਅਰ ਫੋਰਸ ਦੁਆਰਾ ਵਰਤੇ ਗਏ 2000 D ਕਮਿਸ਼ਨਡ ਰਾਕਟ ਮੋਟਰਾਂ ਦੀ ਜਿਹੜੀ ਉਹ ਪਹਿਲੇ ਕੇਪ ਯੂਕਰੇਨ ਨੂੰ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ। ਕੈਨੇਡਾ 30 ਦੇ ਕਰੀਬ ਨਾਨੋਕ ਰਿਮੋਟ ਹਥਿਆਰ ਪ੍ਰਣਾਲੀਆਂ ਨੂੰ ਵੀ ਡੋਨੇਟ ਕਰੇਗਾ ਜੋ ਕਿ ਇੱਕ ਰਿਮੋਟਲੀ ਕੰਟਰੋਲਡ ਹਥਿਆਰ ਸਟੇਸ਼ਨ ਹੈ ਜੋ ਬਖਤਰਬੰਦ ਵਾਹਨਾ ਤੇ ਵਰਤਿਆ ਜਾ ਸਕਦਾ ਹੈ। ਵੇਰਵੇ ਕਿਹਾ ਹੈ ਕਿ ਸਰਕਾਰ ਯੂਕਰੇਨ ਫੌਜਾਂ ਨੂੰ ਛੋਟੇ ਜਿਹੜੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਛੋਟੇ ਹਥਿਆਰਾਂ ਦੇ ਲਈ 1,30,000 ਤੋਂ ਵੱਧ ਗੋਲਾ ਬਾਰੂਦ ਭੇਜ ਰਹੀ ਹੈ। ਰੋਡੋ ਵੀਰਵਾਰ ਨੂੰ ਯੂਕਰੇਨ ਤੇ ਗਾਜ਼ਾ ਦੇ ਵਿੱਚ ਟਕਰਾਅ ਦੇ ਨਾਲ-ਨਾਲ ਅਫਰੀਕਾ ਦੇ ਵਿੱਚ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਜੀ7 ਲੀਡਰਾਂ ਨਾਲ ਕਾਰਜਕਾਰੀ ਸੈਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਵੀਰਵਾਰ ਨੂੰ ਫਰਾਂਸ ਦੇ ਰਾਸ਼ਪਤੀ ਇਮਾਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਆਲਾਫ ਸੋਲਸ ਦੇ ਨਾਲ ਦਵੱਲੀ ਬੈਠਕਾਂ ਵੀ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ